नीचे आ जाओ नीचे 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 झूठा पर्चा ही सारे पत्रकार देख रहे हो जिले प्रधान से झूठा पर्चा दिता जा रहा मैं शिवसेना का जिला बनाना झूठ का बिल्कुल झूठा बच्चा ਪਰਚਾ ਦਿੱਤਾ ਸੀਗਾ ਮੇਰੀ ਇੰਡੀਕਾ ਫੇਸਟਾ ਫੜੀ ਸੀ ਇਹਨਾਂ ਨੇ ਮੇਰੇ ਤੋਂ ਉਹ ਗੱਡੀ ਵੇਚਤੀ ਇਹਨਾਂ ਨੇ ਇਹ ਸੀਗਾ ਕੱਲ੍ਹ ਸਾਨੂੰ ਨਾ ਮੋਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਸੁਖਦੇਵ ਸਿੰਘ ਨਾਂ ਦਾ ਭਗਨ ਨਗਰ ਸਾਨੂੰ ਪਤਾ ਲੱਗਾ ਕਿ ਉਹਦੇ ਘਰ ਆ ਕੇ ਇਹਦੇ ਕੋਲ ਗੋਲੀ ਚਲਾਈ ਆ ਅਸੀਂ ਮੌਕੇ 'ਤੇ ਜਾ ਕੇ ਤਸਦੀਕ ਕੀਤਾ ਸੀ ਜਿਸ ਤੋਂ ਬਾਅਦ ਪਰਚਾ ਦਰਜ ਹੋ ਗਿਆ ਸੀ ਪਰਚਾ ਦਰਜ ਹੋਣ ਤੋਂ ਬਾਅਦ ਅਸੀਂ ਛਾਪੇਮਾਰੀ ਦੌਰਾਨ ਇਹਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਅੱਜ ਇਸ ਨੂੰ ਪੇਸ਼ ਅਦਾਲਤ ਕਰਾਂਗੇ ਸਰ ਇਹਦਾ ਪਿਛੋਕੜ ਕੀ ਹੈ ਸਰ ਇਹ ਬੇਸਿਕਲੀ ਕ੍ਰਿਮੀਨਲ ਬੰਦਾ ਵਾ ਇਹ ਲੋਕਾਂ ਨੂੰ ਜਿਹੜਾ ਥ੍ਰੈਟ ਕਰਦਾ ਵਾ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦਾ ਵਾ ਵੀ ਰੇਹੜੀਆਂ ਵਾਲੇ ਹੋ ਗਏ ਜਿਹੜੇ ਮਜ਼ਦੂਰ ਵਗੈਰਾ ਹੈਗੇ ਉਹਨਾਂ ਨੂੰ ਪਰੇਸ਼ਾਨ ਕਰਦਾ ਅਸੀਂ ਇੱਥੇ ਪਹਿਲਾਂ ਵੀ ਆਲਰੇਡੀ ਮੁਕੱਦਮੇ ਦਰਜ ਹੈਗੇ ਆ ਹੁਣ ਵੀ ਅਸੀਂ ਇੱਥੇ ਮੁਕੱਦਮਾ ਦਰਜ ਕੀਤਾ ਜਿਹੜਾ ਇਹਨੇ ਅਫੈਂਸ ਕੀਤਾ ਅਤੇ ਅੱਜ ਅਸੀਂ ਪੇਸ਼ ਅਦਾਲਤ ਕਰਾਂਗੇ ਸਰ ਕੋਈ ਨਸ਼ੇ ਦੀ ਤਸਕਰੀ ਦੇ ਵੀ ਮਾਮਲੇ 'ਤੇ ਦਰਜ ਹਾਂ ਦਰਜ ਹੈ ਅਤੇ ਇਹ ਸ਼ਰਾਬ ਤਸਕਰੀ ਦੇ ਪਰਚੇ ਦਰਜ ਹੈਗੇ ਆ ਲੇਕਿਨ ਇਹ ਤਸਦੀਕ ਕਰਦੇ ਪਏ ਵੀ ਸਾਨੂੰ ਹੋਰ ਕੁਛ ਅਸੀਂ ਇਹਦੇ ਸਰਚ ਵਗੈਰਾ ਕਰਨੀ ਅਜੇ ਤੱਕ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੇਗਾ ਕਿ ਹੋਰ ਕੀ ਮਿਲਦਾ ਹੈ ਸਰ ਕੋਈ ਪੋਲੀਟੀਕਲ ਪਾਰਟੀਜ਼ ਵਗੈਰਾ 'ਚ ਵੀ ਇਹਦਾ ਕੋਈ ਅਹੁਦਾ ਹੈ ਇਹਦੇ ਦੱਸਣ ਬਤਾਊਗਾ ਕਿ ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਆ ਓਕੇ ਸਰ ਹੁਣ ਜਦੋਂ ਤੁਸੀਂ ਇਹਨੂੰ ਫੜਿਆ ਤਾਂ ਕੀ ਜਿਹੜੀ ਇਹਦੀ ਜਿੱਦਾਂ ਇਹ ਫਰੋਟੀਆਂ ਮੰਗਦਾ ਹੈ ਜਾਂ ਮਤਲਬ ਧਮਕੀਆਂ ਲਾ ਕੇ ਪੈਸੇ ਮੰਗਦਾ ਇਹ 'ਤੇ ਕਿੰਨੀ ਠੱਲ ਪਊਗੀ ਸਰ ਹਾਂ ਬਿਲਕੁਲ ਜੀ ਦੇਖੋ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਇਹ ਗਲਤੀ ਨੇ ਕੀਤਾ ਤਾਂ ਆਪਣਾ ਗਲਤੀ ਦਾ ਖਮਿਆਜ਼ਾ ਉਹਨੂੰ ਭੁਗਤੇਗਾ ਔਰ ਅਸੀਂ ਬਿਲਕੁਲ ਲਾਅ ਐਂਡ ਆਰਡਰ ਦੇ ਵਿੱਚ ਕਿਸੇ ਨੂੰ ਇੰਟਰਫੇਰੈਂਸ ਨਹੀਂ ਕਰਨੇ ਚਾਹੇ ਕੋਈ ਬੰਦਾ ਵੀ ਹੋਵੇ ਸਰ ਇਹਦੇ ਸਾਥੀ ਇਹਦੇ ਜਿਹੜੇ ਸਾਥੀ ਹੈਗੇ ਆ 6 ਅਨਨੋਨ ਬੰਦੇ ਆ ਅਤੇ ਇੱਕ ਸ਼ਿਵੀ ਨਾਂ ਦਾ ਕੋਈ ਆਦਮੀ ਹੈਗਾ ਅਸੀਂ ਸਾਰਿਆਂ 'ਤੇ ਜਿਹੜੀ ਛਾਪਾਮਾਰੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਸਰ ਜਿਹੜੇ ਵੈਪਨ ਨਾਲ ਇਹਨੇ ਕੋਈ ਫਾਇਰ ਕੱਢਿਆ ਉਹ ਅਸੀਂ ਜਸਟ ਅਜੇ ਨੇ ਅਰੈਸਟ ਕੀਤੀ ਹੈ ਸ਼ਰਾਤ ਨੂੰ ਅਤੇ ਅਸੀਂ ਹੁਣ ਇਹਦੀ ਤਲਾਸ਼ੀ ਵਗੈਰਾ ਲੈਣ ਚੱਲੇ ਹਾਂ ਸਰ ਸਰਚ ਕਰਨ ਤੋਂ ਬਾਅਦ 'ਚ ਅਸੀਂ ਕੋਈ ਕਿਸੇ ਵੀ ਚਰਚ 'ਤੇ ਸ਼ਾਮ ਤੱਕ ਪਹੁੰਚਾਂਗੇ ਓਕੇ